ਚੰਪਾਰਨ ਜ਼ਿਲ੍ਹੇ ਦੇ ਕਸਬਾ ਚੰਬਾਲ ਦੇ ਸਰਪੰਚ ਤੇ ਸਿਆਸਤ ਚ ਚਰਚਿਤ ਵਿਅਕਤੀ ਅਵਨ ਕੁਮਾਰ ਸੋਨੂੰ ਚੀਮਾ ਨੂੰ ਅਣਪਛਾਤੇ ਨੌਜਵਾਨ ਨੇ ਉਸ ਵੇਲੇ ਗੋਲੀਆਂ ਮਾਰ ਦਿੱਤੀਆਂ ਜਦੋਂ ਸੋਨੂੰ ਚੀਮਾ ਸੈਲੂਨ ਤੇ ਕਟਿੰਗ ਕਰਵਾ ਰਹੇ ਸੀ। ਦੱਸਿਆ ਜਾ ਰਿਹਾ ਹੈ ਕਿ ਸੋਨੂੰ ਚੀਮਾ ਦੇ 2 ਗੋਲੀਆਂ ਲੱਗੀਆਂ ਹਨ, ਜਿਸ ਨੂੰ ਗੰਭੀਰ ਹਾਲਤ ਚ ਅੰਮ੍ਰਿਤਸਰ ਦੇ ਹਸਪਤਾਲ ਲਿਜਾਇਆ ਗਿਆ। ਉੱਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਸੈਲੂਨ ਸੰਚਾਲਕ ਵਿਜੇ ਮੁਤਾਬਕ ਇੱਕ ਨੌਜਵਾਨ ਦੁਕਾਨ ਦੇ ਅੰਦਰ ਆਇਆ ਅਤੇ ਕਟਿੰਗ ਕਰਵਾਉਣ ਲਈ ਕਿਹਾ। ਉਸਨੇ ਥੋੜ੍ਹੀ ਦੇਰ ਉਡੀਕ ਲਈ ਬੈਠਣ ਲਈ ਕਿਹਾ, ਪਰ ਕੁਝ ਮਿੰਟ ਬਾਅਦ ਹੀ ਉਸਨੇ ਸੋਨੂੰ ਚੀਮਾ ਜੋ ਕਟਿੰਗ ਕਰਵਾ ਰਹੇ ਸੀ ਉੱਪਰ ਗੋਲੀ ਚਲਾ ਦਿੱਤੀ। ਘਟਨਾ ਸਥਾਨ ਤੇ ਪੁੱਜੀ ਥਾਣਾ ਚੰਬਾਲ ਦੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਸੀਸੀਟੀਵੀ ਫੁਟੇਜ ਮੁਤਾਬਕ ਗੋਲੀ ਮਾਰਨ ਵਾਲਾ ਮੋਟਰਸਾਈਕਲ ਤੇ ਆਇਆ ਸੀ ਤੇ ਉਸਦਾ ਇੱਕ ਸਾਥੀ ਬਾਈਕ ਸਟਾਰਟ ਕਰਕੇ ਬਾਹਰ ਖੜਾ ਰਿਹਾ। ਵਾਰਦਾਤ ਨੂੰ ਅੰਜਾਮ ਦੇ ਕੇ ਦੋਵੇਂ ਜਾਣੇ ਫਰਾਰ ਹੋ ਗਏ। ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਮਤਭਾਗੀ ਖਬਰ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਹੈ। ਸੋਨੂੰ ਫਤਿਹਾਬਾਦ ਦੀ ਵਿਸ਼ੇਸ਼ ਰਿਪੋਰਟ। ਸਵੇਰੇ ਜੀ ਮੇਰੇ ਖਿਆਲ 8:30 ਵਜੇ ਦੀ, 8:30-9 ਵਜੇ ਦੇ ਕਰੀਬ ਘਟਨਾ ਹੈਗੀ ਹੈ ਇੱਥੇ। ਅਵਨ ਚੀਮਾ, ਜਿਨ੍ਹਾਂ ਨੂੰ ਛੋਟਾ ਨਾਂ ਸੋਨੂੰ ਸ਼ਾਹ ਵੀ ਕਹਿੰਦੇ ਆ, ਆੜਤ ਦੀ ਦੁਕਾਨ ਹੈ ਅਤੇ ਮੇਰੇ ਖਿਆਲ ਮੌਜੂਦਾ ਜਿਹੜੇ ਸਰਪੰਚ ਸੀਗੇ ਉਹਨਾਂ ਦਾ ਇੱਥੇ ਆ ਕੇ 2 ਨੌਜਵਾਨ ਜਿਹੜੇ ਆ ਉਹ ਗੋਲੀਆਂ ਮਾਰ ਗਏ ਆ। ਉਹਨਾਂ ਨੂੰ ਹੋਸਪਿਟਲ ਲੈ ਗਏ ਸੀ ਪਰ ਹੁਣ ਪਤਾ ਲੱਗਿਆ ਸ਼ਾਇਦ ਉਹਨਾਂ ਦੀ ਡੈਥ ਹੋ ਗਈ ਹੈ। ਅਸੀਂ ਕੁਛ ਸਪੈਸੀਫਿਕ ਲੀਡਸ ਹੈਗੀਆਂ ਸਾਡੇ ਕੋਲ ਅਤੇ ਵਰਕਆਊਟ ਕਰ ਰਹੇ ਹਾਂ, ਛੇਤੀ ਬੰਦੇ ਫੜ ਲਵਾਂਗੇ। ਕੀ ਦੱਸਿਆ ਕਿੰਨੇ ਅਣਛਾਤੀ ਵਿਅਕਤੀ ਸੀ ਜਾਂ ਕੌਣ ਸੀ? ਉਹ 2 ਜਣੇ ਸੀਗੇ ਜੀ, ਮੋਟਰਸਾਈਕਲ 'ਤੇ ਆਏ, ਜੋ ਹਜੇ ਤੱਕ ਆਲੇ ਦੁਆਲੇ ਕੈਮਰੇ ਦੀ ਫੀਡ ਤੋਂ ਸਾਨੂੰ ਪਤਾ ਲੱਗਿਆ 2 ਜਣੇ ਮੋਟਰਸਾਈਕਲ 'ਤੇ ਸੀਗੇ। ਕਤਲ ਕਰਨ ਤੋਂ ਬਾਅਦ ਇੱਧਰ ਝਬਾਲ ਵਾਲੀ ਸਾਈਡ ਹੀ ਚਲੇ ਗਏ। ਸਰ ਇਹ ਤੋਂ ਪਹਿਲਾਂ ਇੱਕ ਪੱਧਰੀ ਸਲਵਿੰਦਰ ਸਿੰਘ ਦੇ ਵੀ ਗੋਲੀਆਂ ਵੱਜੀਆਂ, ਇਹ ਤੱਕ ਦੋਸ਼ੀ ਗ੍ਰਿਫਤਾਰ ਨਹੀਂ ਹੋਏ? ਦੇਖੋ ਮੈਨੂੰ ਉਹਦਾ ਤਾਂ ਆਪਾਂ ਅਲੱਗ ਤੋਂ ਕਰ ਲਈਏ ਜੀ, ਜਿਹੜਾ ਇਸ ਦੀ ਹੈ ਉਹ ਪਰਟੀਕੂਲਰ ਇਹਦੀ ਬਾਰੇ ਮੈਂ ਗੱਲ ਕਰ ਰਿਹਾ, ਉਹਦੇ ਤੁਸੀਂ ਅਲੱਗ ਤੋਂ ਗੱਲ ਕਰ ਲਈ। ਸਰ ਹਾਲਾਤ ਜਿਹੜੇ ਇਲਾਕੇ ਦੇ ਸ਼ੁਰੂ ਤੋਂ ਇਸ ਤਰ੍ਹਾਂ ਦਾ ਮੰਨਿਆ ਜਾਂਦਾ ਵਾ, ਇਹਦੇ ਵਾਸਤੇ ਕੋਈ ਖਾਸ ਕੋਈ ਕਿਸ ਤਰ੍ਹਾਂ? ਦੇਖੋ ਸਾਡੇ ਵੱਲੋਂ ਤਾਂ ਪੂਰਾ ਪਿੱਛੇ ਜਿਹੜੀ ਥਰੈਟ ਵੀ ਆਈ ਸੀਗੀ ਜੀ, ਜਿਹੜੀ ਭਿੱਖੀ ਪਿੰਡ ਵਾਲੀ ਤੁਸੀਂ ਸੀਗੀ, ਉਹ ਵੀ ਅਸੀਂ ਬੰਦੇ ਨੂੰ ਲੈ ਆਏ ਹਾਂ, ਉਹ ਵੀ ਮੰਨ ਗਏ ਜੀ, ਉਹਨਾਂ ਦਾ ਕੋਈ ਆਪਸੀ ਲੈਣ ਦੇਣ ਸੀਗਾ। ਪੁਰਾਣਾ ਜਿਹੜਾ ਮੁੰਡਾ ਇੱਕ ਆਸਟ੍ਰੇਲੀਆ ਗਿਆ ਕੋਈ ਗੋਪੀ ਦੇ ਨਾਲ, ਉਹਦੇ 'ਤੇ ਉਹ ਵੀ ਟਰੇਸ ਹੋ ਗਿਆ ਸਾਡਾ ਜਿਹੜਾ ਉਹ ਡਾਕਟਰ 'ਤੇ ਉਹਨਾਂ ਨੂੰ ਆਈ ਸੀਗੀ ਥਰੈਟ ਆਈ ਸੀ ਰੈਂਸਮ ਵਾਲੇ। ਇਹ ਸਰ ਇਹਨਾਂ ਨੂੰ ਵੀ ਕੋਈ ਆਈ ਇਹੋ ਜਿਹੀ ਕੋਈ ਗੱਲ? ਨਹੀਂ ਹਜੇ ਨਹੀਂ, ਹਜੇ ਵਰਕਆਊਟ ਕਰ ਰਹੇ ਜੀ ਹਜੇ ਕੋਈ। ਅਤੇ ਸਰ ਇਹ ਜਿਹੜੇ ਦੋਸ਼ੀ ਆ ਇਹਨਾਂ ਨੂੰ ਕਿੰਨੇ ਚਿਰ ਤੱਕ ਗ੍ਰਿਫਤਾਰ ਕੀਤਾ ਜੀ? ਦੇਖੋ ਹਜੇ ਤਾਂ ਆਈਡੈਂਟੀਫਾਈ ਕਰ ਰਹੇ ਹਾਂ ਅਸੀਂ, ਸਾਡੇ ਕੋਲ ਕੋਈ ਸਪੈਸੀਫਿਕ ਲੀਡਸ ਹੈਗੀਆਂ, ਅਸੀਂ ਆਈਡੈਂਟੀਫਾਈ ਕਰਕੇ ਛੇਤੀ ਫੜ ਲਵਾਂਗੇ।